ਲੁਧਿਆਣਾ ਵਿਖੇ ਯਾਨਾ ਸਰਕਟ ਹਾਊਸ ਦੀ ਬੈਕ ਸਾਈਡ ਤੇ ਇੱਕ ਵਿਅਕਤੀ ਨੂੰ ਤੇਜ਼ਧਾਰ ਹਥਿਆਰ ਦੇ ਨਾਲ ਉਸ ਸਮੇਂ ਕੱਟ ਦਿੱਤਾ ਗਿਆ ਜਦੋਂ ਉਹ ਰਾਤੀ ਆਪਣੇ ਘਰ ਦੇ ਬਾਹਰ ਸੁੱਤਾ ਪਿਆ ਸੀ। ਪੂਰੇ ਸਰੀਰ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ ਗਏ ਨੇ। ਮੌਕੇ ਉੱਤੇ ਪੀਏਯੂ ਪੁਲਿਸ ਕ੍ਰਾਈਮ ਬ੍ਰਾਂਚ ਫਿੰਗਰਪ੍ਰਿੰਟ ਐਕਸਪਰਟ ਪਹੁੰਚੇ। ਮ੍ਰਿਤਕ ਦੇ ਸਾਰੇ ਸਮਾਨ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ। ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਹਿਚਾਣ ਮਹਿੰਦਰ ਸਿੰਘ ਦੇ ਰੂਪ ਵਿੱਚ ਹੋਈ ਹੈ। ਮ੍ਰਿਤਕ ਮੂਲ ਰੂਪ ਨਾਲ ਰਾਜਸਥਾਨ ਦਾ ਰਹਿਣ ਵਾਲਾ ਸੀ ਅਤੇ ਇੱਥੇ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਕੁਮਾਰ ਮੰਡੀ ਵਿੱਚ ਇੱਕ ਨਿੱਜੀ ਹਲਵਾਈ ਦੀ ਦੁਕਾਨ ਵਿੱਚ ਕੰਮ ਕਰਨ ਵਾਲੇ ਮਹਿੰਦਰ ਸਿੰਘ ਦੀ ਹੱਤਿਆ ਨੂੰ ਰੰਜਿਸ਼ ਦੱਸਿਆ ਜਾ ਰਿਹਾ ਹੈ। SHO ਸੁਰਿੰਦਰ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕ ਦਾ ਮੋਬਾਈਲ ਅਤੇ ਹੋਰ ਸਮਾਨ ਕਬਜ਼ੇ ਵਿੱਚ ਲੈ ਕੇ ਛਾਣਬੀਨ ਸ਼ੁਰੂ ਕਰ ਦਿੱਤੀ ਗਈ ਹੈ। ਮੋਬਾਈਲ ਦੀ ਕਾਲ ਡਿਟੇਲ ਕਢਵਾਈ ਜਾਵੇਗੀ ਅਤੇ ਤਫਤੀਸ਼ ਮਗਰੋਂ ਹੀ ਕੁਝ ਪਤਾ ਲੱਗ ਸਕੇਗਾ। ਸਿੰਘ ਨਾਂ ਦਾ ਅਮਿੰਦਰ ਸਿੰਘ ਪੁੱਤਰ ਕਲਿਆਣ ਸਿੰਘ ਰਾਜਸਥਾਨ ਦਾ ਵਾਸੀ ਹੈ। ਰਾਮ ਸ਼ਾਨੂ ਸਵੀਟ ਸ਼ੋਪ 'ਤੇ ਜਿਹੜਾ ਕੁਮਾਰ ਮੰਡੀ ਲੱਗਿਆ ਹੋਇਆ ਸੀ ਕਾਫੀ ਦੇਰ ਤੋਂ, ਅਤੇ ਅੱਜ ਸਵੇਰੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਵੀ ਬਾਹਰ ਹੀ ਸੌਂਦਾ ਸੀ ਕੂਲਰ ਲਾ ਕੇ, ਅਤੇ ਵੀ ਇਹਦੀ ਜਿਹੜਾ ਜਿਹੜੀ ਇਹਦੀ ਡੈਥ ਹੋ ਗਈ ਹੈ ਉਹਦੀ ਅਸੀਂ ਤਫਤੀਸ਼ ਕਰ ਰਹੇ ਹਾਂ, ਬਸ ਤਫਤੀਸ਼ ਤੋਂ ਪਤਾ ਲੱਗੂ। ਲੱਤਾਂ 'ਤੇ ਕੱਟ ਹੈ ਅਤੇ ਬਾਕੀ ਇੱਥੇ ਮੌਕੇ 'ਤੇ ਕੋਈ ਚੀਜ਼ ਨਹੀਂ ਮਿਲੀ ਅੱਜ ਤੱਕ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।